ਸੂਦੇ ਜ਼ਿੰਦਾ ਨਾਚ ਤੁਹਾਡੀ ਸਲਾਮਤੀ ਹੋਏ ਮੈਂ ਖੁਦਾਵੰਦ ਦੀ ਸ਼ੁਕਰਗੁਜ਼ਾਰੀ ਕਰਨਾ ਕਿ ਮਸੀਹ ਨੇ ਇੱਕ ਵਾਰੀ ਫੇਰ ਸਾਡੇ ਤੇ ਫਜ਼ਲ ਕੀਤਾ ਕਿ ਅਸੀਂ ਉਹਦੇ ਉਹਨਾਂ ਗਹਿਰੇ ਮੁਕਾਸ਼ਫਾਤਾਂ ਨੂੰ ਜਾਣ ਸਕੀਏ ਜਿਹੜੇ ਬਿਆਨ ਤੋਂ ਬਾਹਰ ਨੇ ਪਰ ਰੂਹ ਖੁਦ ਸਾਡੇ ਲਈ ਉਹਨਾਂ ਮੁਕਾਸ਼ਫਾਤ ਨੂੰ ਖੋਲਦਾ ਤਾਂ ਕਿ ਅਸੀਂ ਖੁਦਾ ਦੇ ਉਹਨਾਂ ਗਹਿਰੇ ਫੈਦਾ ਨੂੰ ਜਾਣ ਸਕੀਏ ਜਿਹੜਾ ਖੁਦਾ ਸਾਡੇ ਅੰਦਰ ਪੁਸ਼ੀਦਾ ਰੱਖਦਾ ਹੈ ਰੂਹ ਸਾਡੀ ਰਹਿਨਮਾਈ ਕਰਦਾ ਹੈ ਰੂਹ ਕੋ ਸਾਡੀ ਮਦਦ ਕਰਦਾ ਹੈ ਤਾਂ ਕਿ ਅਸੀਂ ਖੁਦਾਵੰਦ ਦੇ ਹੁਨ ਕੰਮਾਂ ਨੂੰ ਜਾਣ ਸਕੀਏ ਕਲਾਮ ਮਕਦਸ ਕਹਿੰਦਾ ਕਿ ਬੋਲਣ ਵਾਲੇ ਤੁਸੀਂ ਨਹੀਂ ਬਲਕਿ ਬਾਪ ਦਾ ਰੂਹ ਹੈ ਹਾਂ ਅੱਜ ਬਾਪ ਦਾ ਰੂਹ ਬੋਲੇਗਾ ਔਰ ਉਸ ਗਹਿਰੇ ਪੈਦਾਨ ਨੂੰ ਖੋਲੇਗਾ ਮੇਰੇ ਨਾਲ ਬੜੀ ਪਿਆਰੀ ਭੈਣ ਜਿਹੜੇ ਕਿ ਕਿਸੇ ਤਾਰਫ ਦੇ ਮਹਤਾਜ ਨਹੀਂ ਖੁਦਾ ਸ਼ਹਿਰ ਕਰਾਚੀ ਮੁਲਕ ਪਾਕਿਸਤਾਨ ਬਲਕਿ ਦੁਨੀਆ ਦੇ ਤੂਲੋ ਅਰਸ਼ ਆਪਣੀ ਬੇਟੀ ਨੂੰ ਆਪਣੀ ਖਿਦਮਤ ਲਈ ਇਸਤੇਮਾਲ ਕਰ ਰਿਹਾ ਮੇਰੇ ਨਾਲ ਸਿਸਟਰ ਸਮਰ ਗੁਲ ਨੇ ਜਿਹੜੇ ਕਿਸੇ ਤਾਰੂਫ ਤੇ ਮਹਤਾਜ ਨਹੀਂ ਔਰ ਖੁਦਾ ਜਿਹੜਾ ਉਹ ਆਪਣੀ ਬੇਟੀ ਨੂੰ ਕਸਰਤ ਨਾਲ ਇਸਤੇਮਾਲ ਕਰਦਾ ਸੋ ਮੈਂ ਬਗੈਰ ਤਾਖੀਰ ਕੀਤੇ ਹੋਏ ਆਪਣੀ ਭੈਣ ਨੂੰ ਦਾਵਤ ਦੇਣਾ ਕਿ ਅੱਜ ਸਾਡੇ ਨਾਲ ਖੁਦਾ ਦੇ ਕਲਾਮ ਦੀਆਂ ਗੱਲਾਂ ਸ਼ੇਅਰ ਕਰਨ ਭੈਣ ਜੀ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਤੁਸੀਂ ਪ੍ਰੋਗਰਾਮ ਜੈ ਯਸੂ ਦੇ ਵਿੱਚ ਆਏ ਤੇ ਪੰਜਾਬੀ ਦੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਂ ਦਾਵਤ ਕਬੂਲ ਕੀਤੀ ਗੋ ਬੜੀਆਂ ਸਾਰੀਆਂ ਭੈਣਾਂ ਨੂੰ ਅਸੀਂ ਕਹਿੰਨੇ ਆਂ ਔਰ ਉਹ ਅਕਸਰ ਔਕਾਤ ਕਹਿੰਦੀਆਂ ਨੇ ਕਿ ਪੰਜਾਬੀ ਬੋਲਣਾ ਸਾਡੇ ਲਈ ਮੁਸ਼ਕਲ ਹੈ ਪਰ ਮੈਂ ਖੁਦਾਵੰਦ ਦੇ ਸ਼ੁਕਰਗੁਜ਼ਾਰੀ ਕਰਨਾ ਕਿ ਖੁਦਾ ਨੇ ਭੈਣ ਨੂੰ ਤਿਆਰ ਕੀਤਾ ਜੀ ਆਪਣੀ ਖਿਦਮਤ ਦੇ ਬਾਰੇ ਸਾਡੇ ਨਾਜ਼ਰੀਨ ਨੂੰ ਕੁਝ ਦੱਸੋ ਆ ਖੁਦਾ ਦੇ ਫਜ਼ਲ ਦੇ ਨਾਲ ਖੁਦਾ ਦਾ ਸ਼ੁਕਰ ਹੈ ਕਿ ਮੇਰਾ تعلق ਜਿਹੜਾ ਏ ਉਹ ਮਸੀਹੀ ਘਰਾਣੇ ਤੋਂ ਵੀ ਔਰ ਕਾਇਨਾ ਦੇ ਘਰਾਣੇ ਤੋਂ ਵੀ ਹੈ। ਅਮਨ। ਔਰ ਮੇਰੇ ਚਾਚਾ ਤਾਇਆ ਮੇਰੇ ਦਾਦਾ ਤੋਂ ਲੱਗੇ ਤੇ ਸਾਰੇ ਜਿਹੜੇ ਨੇ ਉਹ ਕਹਾਣਤ ਦਾ ਹੀ ਕੰਮ ਕਰਦੇ ਆਏ ਨੇ ਔਰ ਖੁਦਾ ਨੇ ਮੈਨੂੰ ਵੀ ਇਸ ਗੱਲ ਲਈ ਬੁਲਾਇਆ ਔਰ ਖੁਦਾ ਦਾ ਮੈਂ ਸ਼ੁਕਰੀਆ ਅਦਾ ਕਰਨੀ ਆ ਕਿ ਖੁਦਾ ਨੇ ਇਸ ਕਾਮਲੀ ਜਦੋਂ ਬੁਲਾਇਆ ਤੇ ਉਹਨੇ ਆਪਣਾ ਫਜ਼ਲ ਵੀ ਦਿੱਤਾ ਹੈ ਆਮੀਨ ਕਿ ਉਹ ਆਪਣੇ ਫਜ਼ਲ ਦੇ ਨਾਲ ਅੱਗੇ ਜੜਾਏ ਉਹ ਟੁਰ ਰਿਹਾ ਹੈ ਭੈਣ ਜੀ ਆਪਣੀ ਖਿਦਮਤ ਦੇ ਬਾਰੇ ਸਾਡੇ ਨਾਜ਼ਰੀਨ ਨੂੰ ਕੁਝ ਦੱਸੋ ਤੇ ਜਿਸ ਤਰ੍ਹਾਂ ਮੇਰੇ ਮੇਰਾ ਗਿਰਾਨਾ ਜਿਹੜਾ ਇਹ ਉਹ ਕਾਹਨਾ ਦੇ ਗਿਰਾਨੇ ਤੋਂ ਹੀ ਤਾਲੁਕ ਰੱਖਣੀ ਆ ਮੈਂ ਜੀ ਜੀ ਤੇ ਬਹੁਤ ਛੋਟੀ ਉਮਰ ਤੋਂ ਕਿ 7-8 ਸਾਲ ਦੀ ਉਮਰ ਹੋਏਗੀ ਸੰਡੇ ਸਕੂਲ ਤੋਂ ਹੀ ਅਸਮਾ ਯੰਕਸਾਬਾਦ ਮਾਰਟਨਪੁਰ ਨਾਂ ਸੁਣਿਆ ਹੋਵੇਗਾ ਆ ਬੜੇ ਮਸ਼ਹੂਰੇ ਪਿੰਡ ਨੇ ਹਾਂਜੀ ਹਾਂਜੀ ਤੇ ਉੱਥੇ ਤੋਂ ਮੇਰਾ ਤਾਲੁਕ ਹੈ ਤੇ 7-8 ਸਾਲ ਦੀ ਉਮਰ ਸੀ ਜਿਹੜਾ ਇਹ ਖੁਦਾ ਮੈਨੂੰ ਉੱਥੇ ਚਰਚ ਦੇ ਵਿੱਚ ਜਿਹੜਾ ਇਹ ਸੰਡੇ ਸਕੂਲ ਦੀ ਖਿਦਮਤ ਤੋਂ ਇਹ ਇਸਤੇਮਾਲ ਕਰਨਾ ਸ਼ੁਰੂ ਹੋ ਗਏ ਤੇ ਜਿਸ ਤਰ੍ਹਾਂ ਬੱਚੇ ਖੇਡਦੇ ਨੇ ਅਸੀਂ ਆਪਣੇ ਪਿੰਡ ਦੇ ਵਿੱਚ ਖੇਡਦੇ ਸਾਂ ਤੇ ਨਾਲ ਹੀ ਸਾਡਾ ਗਰੁੱਪ ਦੁਆਇਆ ਸੀ ਕਿ ਅਸੀਂ ਦੁਆ ਕਰਨੀ ਜਿਹੜਾ ਸ਼ੁਰੂ ਕਰ ਦਿੰਦੇ ਸਾਂ ਤੇ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਉੱਥੋਂ ਹੀ ਖੁਦਾ ਨੇ ਜਿਹੜਾ ਏ ਉਸ ਖਿਦਮਤ ਨੂੰ ਚਮਕਾਣਾ ਸ਼ੁਰੂ ਕੀਤਾ ਤੇ ਜਦੋਂ ਮੈਂ میٹرਿਕ ਮੈਂ ਲਾਹੌਰ ਬੋਰਡ ਤੋਂ ਕੀਤੀ ਏ ਤੇ میٹرਿਕ ਕਰਨ ਦੇ ਬਾਅਦ ਮੇਰੇ ਚੁਕੇ ਵੱਡੀਆਂ ਭੈਣਾਂ ਇੱਥੇ ਸਨ ਕਰਾਚੀ ਤੇ ਜਦੋਂ ਮੈਂ ਆਈਆਂ ਕਰਾਚੀ ਤੇ ਖੁਦਾ ਨੇ ਇੱਥੇ ਵੀ ਜਿਹੜਾ ਏ ਫਿਰੋਸੀ ਖਿਦਮਤ ਦੇ ਵਿੱਚ ਯੂਥ ਵਿੱਚ ਇਸਤੇਮਾਲ ਕਰਨਾ ਸ਼ੁਰੂ ਕੀਤਾ ਤੇ ਬਕਾਇਦਾ ਤੌਰ ਤੇ 9094 ਜੀ ਖੁਦਾ ਨੇ ਮੈਨੂੰ ਬੁਲਾਇਆ ਫਿਰ ਅਮੀਨ ਮਕਸੂਸ ਕੀਤਾ ਇਸ ਖidmat ਵਾਸਤੇ ਔਰ ਫਿਰ ਮੈਨੂੰ ਆਹستہ ਆਹستہ ਸਮਝ ਆਉਣੀ ਸ਼ੁਰੂ ਹੋਈ ਕਿਉਂਕਿ ਉਦੋਂ ਤੇ ਛੋਟੀ ਉਮਰ ਚ ਮੈਨੂੰ ਨਹੀਂ ਸੀ ਪਤਾ ਔਰ ਉਸੇ ਹੀ ਉਮਰ ਤੋਂ ਦੁਸ਼ਮਣ ਵੀ ਮੇਰੇ ਪਿੱਛੇ ਸੀ ਉਹ ਬਾਰ ਹਾਲ ਦਫਾ ਚਾਹੁੰਦਾ ਸੀ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਮਾਰ ਦਿੱਤਾ ਜਾਏ ਔਰ ਬਹੁਤ ਵੱਡੇ ਵੱਡੇ ਅਟੈਕ ਉਹਦੇ ਹੋਏ ਬਚਪਨ ਤੋਂ ਹੀ ਲੇਕਿਨ ਖੁਦਾ ਦਾ ਸ਼ੁਕਰ ਹੈ ਕਿ ਖੁਦਾ ਨੇ ਅੱਜ ਤੱਕ ਮੈਨੂੰ ਕਾਇਮ ਰੱਖਿਆ ਕਿਉਂਕਿ ਜਿਹੜੀ ਉਹਦੀ ਬੁਲਾਹਟ ਸੀ ਮੇਰੀ ਜ਼ਿੰਦਗੀ ਦੇ ਵਿੱਚ ਉਹ ਅਸੀਂ ਫੇਲ ਹੋ ਸਕਨੇ ਆ ਪਰ ਖੁਦਾ ਦੀ ਬੁਲਾਹਟ ਖੁਦਾ ਦਾ ਇਰਾਦਾ ਕਦੀ ਫੇਲ ਨਹੀਂ ਹੋ ਸਕਦਾ ਹallelujah ਸੋ ਖੁਦਾ ਦਾ ਸ਼ੁਕਰ ਕਰਨੀ ਆ ਕਿ ਅੱਜ ਖੁਦਾ ਨੇ ਮੈਨੂੰ ਜੜਾਏ ਤੁਹਾਡੇ ਇਸ ਪ੍ਰੋਗਰਾਮ ਵਾਸਤੇ ਤਿਆਰ ਕੀਤਾ ਤੇ ਮੈਂ ਤੁਹਾਡੇ ਸਾਹਮਣੇ ਅੱਜ ਮੌਜੂਦ ਆ ਤੇ ਬਕਾਇਦਾ ਤੌਰ ਤੇ ਕਰਾਚੀ ਸ਼ਹਿਰ ਦੇ ਵਿੱਚ 1994 ਤੋਂ ਲੱਗ ਕੇ ਅੱਜ ਤੱਕ ਖੁਦਾ ਮੁxtਲਿਫ ਤਰੀਕਿਆਂ ਦੇ ਨਾਲ ਇਸੇ ਦਵਾਈਆਂ ਹਲਕੇ ਚ ਹੀ ਇਸਤੇਮਾਲ ਕਰ ਰਿਹਾ ਹੈ ਤੇ ਮੇਰੀ ਦੁਆ ਹੈ ਕਿ ਖੁਦਾ ਜਦ ਤੱਕ ਮੇਰੀ ਇਸ ਰੂਹ ਜ਼ਮੀਨ ਦੇ ਉੱਤੇ ਮੈਂ ਜ਼ਿੰਦਾ ਹਾਂ ਖੁਦਾ ਆਪਣੀ ਖਿਦਮਤ ਇਸ ਤਰ੍ਹਾਂ ਹੀ ਲੈਂਦਾ ਹੈ ਆਮੀਨ ਆਮੀਨ ਬੜੀ ਜ਼ਬਰਦਸਤ ਗਵਾਹੀ ਬਚਪਨ ਹੀ ਤੋਂ ਖੁਦਾ ਨੇ ਲਿਆ ਔਰ ਬੜੇ ਜ਼ਬਰਦਸਤ ਤਰੀਕੇ ਨਾਲ ਇਸਤੇਮਾਲ ਕੀਤਾ ਕਿੱਥੋਂ ਦੀ ਮਿੱਟੀ ਖੁਦਾ ਨੇ ਕਿੱਥੇ ਲਿਆ ਲਗਾਈ ਔਰ ਸ਼ਹਿਰੇ ਕਰਾਚੀ ਦੀ ਬਰਕਤ ਬਣਾ ਦिती ਏ ਸੋ ਅੱਜ ਅਸੀਂ ਗੱਲ ਕਰਾਂਗੇ ਰੂਹਾਨੀ ਨੇਮਤਾ ਦੇ ਬਾਰੇ ਚ ਨੇਮਤਾ ਤੇ ਤਰ੍ਹਾਂ ਤਰ੍ਹਾਂ ਦੀਆਂ ਨੇ ਪਰ ਰੂਹ ਇੱਕੋ ਹੀ ਏ ਜੋ ਉਹੀ ਰੂਹ ਸਾਡੇ ਵਿੱਚ ਨੇਮਤਾ ਦਿੰਦਾ ਹੈ ਬਰਕਤਾਂ ਦਿੰਦਾ ਹੈ ਔਰ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੁਆ ਕਰਨੀ ਚਾਹੀਦੀ ਏ ਹਾਂ ਇੱਕ ਜਗ੍ਹਾ ਤੇ ਲਿਖਿਆ ਕਿ ਹਾਈ ਉਸ ਤਰੀਕੇ ਨਾਲ ਦੁਆ ਨਹੀਂ ਕਰਨਾ ਜਾਣਦੇ ਪਰ ਰੂ ਖੁਦ ਆਹੇ ਬਾਰ-ਬਾਰ ਕੇ ਉਹ ਆਂਸੂ ਪਾਰ ਕੇ ਸਿਸਕੀਆਂ ਲੈ ਕੇ ਸਾਡੇ ਲਈ ਦੁਆ ਕਰਦਾ ਸੋ ਭੈਣ ਨੂੰ ਖੁਦਾ ਨੇ ਦੁਆ ਦਾ ਤੋੜਾ ਦਿੱਤਾ ਹੈ ਔਰ ਯਕੀਨਨ ਮੈਂ ਇਸ ਤਜਰਬੇ ਤੋਂ ਵਾਕਿਫ ਹਾਂ ਕਿਉਂਕਿ ਸਾਡੀ ਰਿਫਾਕਤ ਬੜੀ ਗਹਿਰੇ ਤੌਰ 'ਤੇ ਰਹੀ ਭੈਣ ਨਾਲ ਔਰ ਖੁਦਾ ਨੇ ਬੜੀ ਕਸਰਤ ਦੇ ਨਾਲ ਆਪਣੀ ਬੇਟੀ ਨੂੰ ਬਰਕਤ ਦਿੱਤਾ ਰੂਹ ਦੇ ਬਹਾਅ ਦੇ ਵਿੱਚ ਬਹਾਂਦੇ ਰਹਿੰਦੇ ਨੇ ਇਸੇ ਲਈ ਅਸੀਂ ਅੱਜ ਇਸ ਗੱਲ ਦਾ ਚਨਾਉ ਕੀਤਾ ਸੋ ਬਗੈਰ ਦੇਰ ਕੀ ਤਿਆ ਹੋਇਆ ਅਸੀਂ ਰੂਹ ਦੀ ਨੀਮਤਾ ਦੇ ਬਾਰੇ ਵਿੱਚ ਕੁਝ ਸਿੱਖਾਂਗੇ ਭੈਣ ਕੋ ਹਾਂ ਬਿਲਕੁਲ ਮੈਂ ਆਪਣੀ ਗਵਾਹੀ ਤੋਂ ਦੱਸਣਾ ਚਾਹਨੀ ਆ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਤੇ ਇਬਰਾਨੀਓ ਵਿੱਚ ਲਿਖਿਆ ਹੈ ਕਿ ਅਸੀਂ ਨਹੀਂ ਜਾਣ ਸਕਦੇ ਤੇ ਨਾ ਅਸੀਂ ਉਸ ਤਰੀਕੇ ਨਾਲ ਦੁਆ ਕਰ ਸਕਨੇ ਹਾਂ ਹਾਂਜੀ ਹਾਂਜੀ ਕਿਉਂਕਿ ਅਸੀਂ ਕਮਜ਼ੋਰ ਹਾਂ ਲੇਕਿਨ ਰੂਹ ਖੁਦ ਹਾਂਜੀ آہیں بار بار کر دی تے دی اس تو پہلوں دا تجربہ جدو رو دا بہاو نہیں سی آہا آہا. خدمت تے بچپن تو, بچپن سی, تو سی اور چونکہ میرا تعلق بیلونگ میں کرنی ہے چھوٹ پاکستان تو آمی. تے او ਏ ਸੀ ਕਿ ਉਦੋਂ ਵੀ ਦੁਆ ਜਿਹੜੀ ਉਹ ਦਿਲ ਤੋਂ ਕੀਤੀ ਜਾਂਦੀ ਸੀ ਲੇਕਿਨ ਚونکہ ਨਾ ਤੇ ਪਾਕ ਰੂ ਦਾ ਪਤਾ ਸੀ ਲੇਕਿਨ ਉਹਦਾ ਤਜਰਬਾ ਨਹੀਂ ਸੀ ਤੇ ਉਸ ਦੁਆ 'ਚ ਤੇ ਜਦੋਂ ਪਾਕ ਰੂ ਦਾ ਤਜਰਬਾ ਹੋਇਆ ਉਸ ਦੁਆ 'ਚ ਫਰਕ ਆ ਗਿਆ ਫਰਕ ਆ ਜਾਂਦਾ ਹਾਂ ਕਿਉਂਕਿ ਉਦੋਂ ਵੀ ਦਿਲ ਤੋਂ ਦੁਆ ਕਰਦੇ ਸਾਂ ਤੇ ਅਸੀਂ ਪਿੰਡ ਦੇ ਵਿੱਚ ਜਦੋਂ ਛੋਟੀ ਏ ਚ ਦੁਆ ਕਰਦੇ ਸਾਂ ਖੁਦਾ ਉਦੋਂ ਵੀ ਮੌਜੂਜ਼ਾਤ ਕਰਦਾ ਸੀ ਇਵਨ ਕਿ ਉਦੋਂ ਪਿੰਡ ਦੇ ਵਿੱਚ ਕੋਈ ਬਿਮਾਰ ਹੁੰਦਾ ਸੀ ਉਹ ਕਹਿੰਦੇ ਹੁੰਦੇ ਸਨ ਕਿ ਉਹ ਯਾਨਿਆਂ ਨੂੰ ਬੁਲਾਓ ਯਾਨਿਆਂ ਨੂੰ ਬੁਲਾਓ ਯਾਨਿਆਂ ਨੂੰ ਬੁਲਾਓ ਉਹਨਾਂ ਕੋ ਦੁਆ ਕਰੋ ਕਿਸੇ ਦੀ ਮੱਝ ਦੁੱਧ ਨਹੀਂ ਦੇ ਰਹੀ ਉਹ ਜੀ ਪੇੜਾ ਲਿਆ ਤਰਿਆ ਤੇ ਉਹ ਦੇ ਦਿੱਤਾ ਜੀ ਇਹਦੇ ਤੇ ਦੁਆ ਕਰੋ ਔਰ ਖੁਦਾ ਮੌਜੂਜ਼ਾਤ ਕਰਦਾ ਏ ਸਨ ਤੇ ਮੱਝ ਸਵੇਰ ਦੁੱਧ ਦੇਂਦੀ ਸੀ ਤੇ ਪੂਰੇ ਪਿੰਡ 'ਚ ਇਹ ਗੱਲ ਸੀ ਕਿ ਉਹ ਬੱਚਿਆਂ ਨੇ ਦੁਆ ਕੀਤੀ ਸੀ ਉਦੋਂ ਵੀ ਕਿਉਂਕਿ ਖੁਦਾ ਮੌਜੂਜ਼ਾਤ ਦਾ ਖੁਦਾ ਹੈ ਮਗਰ ਮੈਂ ਦੱਸਣਾ ਚਾਹਨੀ ਆ ਕਿ ਇਹ ਤਜਰਬਾ ਜਿਹੜਾ ਏ ਖੁਦਾ ਉਦੋਂ ਵੀ ਮੌਜੂਜ਼ਾਤ ਕਰਦਾ ਸੀ ਲੇਕਿਨ ਉਸ ਦੁਆ ਦਾ ਤਜਰਬਾ ਨਹੀਂ ਸੀ ਉਹਨਾਂ ਸਿਸਕੀਆਂ ਦਾ ਤਜਰਬਾ ਨਹੀਂ ਸੀ ਉਹਨਾਂ ਅੰਸੂਆਂ ਦਾ ਤਜਰਬਾ ਨਹੀਂ ਸੀ ਜਿਹੜਾ پاک ਰੂਹ ਦੇ بہਾ ਦੇ ਬਾਅਦ ਆਇਆ ਹੋਇਆ ਤੇ ਉਹ ਕਰਾਚੀ ਚ ਆ ਕੇ ਮੇਰਾ ਜਿਹੜਾ ਤਾਲੂਕ ਹੈ ਉਹ ਇੱਥੇ ਆ ਕੇ ਖੁਦਾ ਨੇ ਜ਼ਬਰਦਸਤ ਖਾਦਮਾਂ ਦੇ ਨਾਲ ਮੇਰੀ ਰਿਫਾਕਤ ਕਰ ਦਿੱਤੀ ਔਰ ਉਹਨਾਂ ਦੇ ਵਸੀਲੇ ਦੇ ਨਾਲ ਮੈਨੂੰ ਜਿਹੜਾ ਹੈ ਇਸ ਰੋਹਾਨੀ ਜਿਹੜਾ ਇਹ ਦੁਨੀਆ ਦੇ ਵਿੱਚ ਜਿਹੜਾ ਹੈ ਗਹਿਰੇ ਚ ਲੈ ਗਿਆ ਤੋ ਖੁਦਾ ਦਾ ਮੈਂ ਮੈਂ ਬੜੀ ਸ਼ੁਕਰਗੁਜ਼ਾਰ ਆ ਕਿ ਪਾਸਟਰ ਜ਼ਿਆਪੌਲ ਦੇ ਹੱਥਾਂ ਦੇ ਵਿੱਚੋਂ ਮੈਨੂੰ ਖੁਦਾ ਨੇ ਗੁਜ਼ਾਰਿਆ ਸੋ ਜ਼ਬਰਦਸਤ ਖਾਦਮ ਜ਼ਬਰਦਸਤ ਮੇਰੇ ਵੱਡੇ ਭਰਾ ਮੇਰੇ ਜਿਹੜਾ ਇਹ ਰੂਹਾਨੀ ਬਾਪਮੀ ਨੇ ਹੋ ਤੇ ਜਦੋਂ ਮੈਂ ਉਹਨਾਂ ਦੇ ਹੱਥਾਂ ਦੇ ਵਿੱਚੋਂ ਨਿਕਲੀ ਤੇ ਖੁਦਾ ਦੇ پاک ਰੂਹ ਦਾ ਬਹਾਓ ਜਦੋਂ ਆਕ ਠਹਿਰਿਆ ਸੋ ਅੱਜ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਮੈਂ ਆਪਣੇ ਤਜਰਬੇ ਤੋਂ ਦੱਸ ਰਹੀ ਹਾਂ ਕਿ ਜਦੋਂ ਅਸੀਂ ਉਹਦੀ ਤੜਪ ਰੱਖਨੇ ਆ ਕਿ ਕਿਸ ਤਰ੍ਹਾਂ ਖੁਦਾ ਤੇਰੇ پاک ਰੂਹ ਦੀ ਮੈਂ ਪਿਆਸੀ ਆ ਤੇ ਭੁਖੀ ਆ ਤੇ ਜਦੋਂ ਉਹ ਆ ਠਹਿਰਦਾ ਹੈ ਜ਼ਿੰਦਗੀ ਦੇ ਅੰਦਰ ਕਿਉਂਕਿ ਯਿਸੂ ਨੇ ਕਿਹਾ ਸੀ ਕਿ ਜਦੋਂ ਮੈਂ ਹੁਣ ਤੁਹਾਡੇ ਨਾਲ ਆ ਫਿਰ ਮੈਂ ਤੁਹਾਡੇ ਅੰਦਰ ਰਹਾਂਗਾ پاک ਰੂਹ ਦੇ ਤੇ ਤਜਰਬਾ ਜਦੋਂ ਆਇਆ ਭਾਈ ਜੀ ਤੇ ਤਜਰਬਾ ਤੇ ਇੱਕ ਜ਼ਬਰਦਸਤ ਤਜਰਬਾ ਤੇ ਹੁਣ ਜਿਹੜੀਆਂ ਸਿਸਕੀਆਂ ਤੇ ਅੰਸੂ ਤੇ ਆਹਾਂ ਨੇ ਉਹ ਵਾਕਈ ਉਹ ਖੁਦ ਆ ਕੇ ਕਰਦਾ ਹੈ ਉਹਦਾ ਤਜਰਬਾ ਜਦੋਂ ਕੀਤਾ ਤੇ ਉਹਦੀ ਬਰਕਤ ਸਾਰਾ ਰਹਿ ਕੇ ਆਮੀਨ ਆਮੀਨ ਔਰ ਜ਼ਰੂਰ ਹੈ ਕਿ ਜਦੋਂ ਤੱਕ ਅਸੀਂ ਅंसू ਨਹੀਂ ਬਹਾਂਦੇ ਖੁਦਾ ਉਹਨਾ ਕਰਮ ਸੀ ਗੁਨਾਹੋਂ ਦੂਰ ਨਹੀਂ ਕਰਦਾ ਔਰ ਉਹ ਬਹਾਉ ਹੀ ਹੈ ਜਿਹੜਾ ਕਿ ਕਸਰਤ ਦੇ ਬਹਾਉ ਦੇ ਸਬਬ ਨਾਲ ਬਹਿ ਜਾਂਦੇ ਨੇ ਸੋ ਅਸੀਂ ਬਗੈਰ ਤਾਕੀਰ ਕਰਦੇ ਹੋਏ ਨੇਮਤਾ ਤੇ ਚੱਲਨੇ ਆ ਜਿਸ ਤਰ੍ਹਾਂ ਖੁਦਾ ਨੇ ਤੁਹਾਨੂੰ ਆਇਤ ਦਿੱਤੀ ਪਹਿਲਾ ਕ੍ਰਾਂਤੀਓ ਜਿਸ ਤਰ੍ਹਾਂ ਪਹਿਲਾ ਕ੍ਰਾਂਤੀਓ ਸੀ ਉਹਦੇ 12 ਬਾਪ ਦੇ ਵਿੱਚ ਲਿਖਿਆ ਕਿ ਨੇਮਤਾ ਤੇ ਤਰਾ ਤਰਾ ਦੀਆਂ ਨੇ ਤੇ ਉਹਨਾਂ ਨੇਮਤਾ ਦੇ ਬਾਰੇ ਵਿੱਚ ਅੱਜ ਸਾਡੇ ਨਾਜ਼ਰੀਨ ਨੂੰ ਦੱਸੋ ਕਿ ਇਹ ਕਿੰਜ ਸੀ ਲੈ ਸਕਨੇ ਆ ਕਿਸ ਤਰ੍ਹਾਂ ਇਹਦੇ ਵਿੱਚ ਵਾਹ ਸਕਨੇ ਆ ਔਰ ਉਹ ਨੇਮਤਾ ਕਿਹੜੀਆਂ ਨੇ ਜਦੋਂ ਅਸੀਂ ਕ੍ਰਾਂਤੀਓ ਪਹਿਲਾ ਕ੍ਰਾਂਤੀਓ ਦੇ 12 ਬਾਪ ਜਿੱਤੇ ਖੁਦਾ ਦਾ ਬੰਦਾ ਪਾਲੂਸ ਰਸੂਲ ਕਹਿੰਦਾ ਹੈ ਉਹ ਕਹਿੰਦੇ ਨੇ ਕਿ ਆ ਐ ਭਾਈਓ ਮੈਂ ਨਹੀਂ ਚਾਹਤਾ ਕਿ ਤੁਸੀਂ ਕੀ ਕਰੋ ਤੁਸੀਂ ਰੂਹਾਨੀ ਨੇਮਤਾਂ ਦੇ ਬਾਰੇ ਵਿੱਚ ਬੇਖਬਰ ਰਹੋ ਉਹ ਸਾਨੂੰ ਬੇਖਬਰ ਨਹੀਂ ਰੱਖਣਾ ਚਾਹੁੰਦਾ ਉਹ ਅੱਜ ਵੀ ਇਮਾਨਦਾਰਾਂ ਨੂੰ ਇਹ ਗੱਲ ਕਰ ਰਿਹਾ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਰੂਹਾਨੀ ਨੇਮਤਾਂ ਤੋਂ ਬੇਖਬਰ ਰਹੋ ਤੇ ਉਹਨਾਂ ਨੇਮਤਾਂ ਤੇ ਅੱਜ ਅਸੀਂ ਵੀ ਗੱਲ ਕਰਾਂਗੇ ਤੇ ਤਜਰਬੇ ਨਾ ਕਰਾਂਗੇ ਕਿਉਂਕਿ ਇੱਕ ਜਿਹੜਾ ਹੈ ਹਵਾ ਤੇ ਗੱਲਾਂ ਕਰਨ ਵਾਲੇ ਨਾ ਅਸੀਂ ਠਹਿਰੀਏ ਕਿਉਂਕਿ ਪਾਲੂ ਸਰਸੂ ਲੈ ਵੀ ਕਹਿੰਦਾ ਨਿਸ਼ਾਨੇ ਤੇ ਗੱਲ ਕਰੋ ਹਵਾ ਚ ਨਾ ਤੀਰ ਫੇਰ ਸੁੱਟੋ ਅਸੀਂ ਅੱਜ ਆਪਣੇ ਤਜਰਬੇ ਤੋਂ ਇਹ ਗੱਲ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਇਹ ਨੇਮਤਾ ਜਿਹੜੀਆਂ ਨੇ ਤਰਾ-ਤਰਾ ਦੀਆਂ ਨੇ ਤੇ ਬਿਲਕੁਲ ਜਿਸ ਤਰ੍ਹਾਂ ਇਸ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਆਏ ਤੇ ਇੱਕ ਸ਼ਖਸ ਦੇ ਅੰਦਰ ਕਿਉਂਕਿ ਇਹ ਪਾਕ ਰੂਹ ਦਾ ਜ਼ਹੂਰ ਜਿਹੜਾ ਹੈ ਉਹ ਇਨਸਾਨ ਦੇ ਅੰਦਰ ਫਾਇਦਾ ਬੁਝਾਲ ਨਹੀਂ ਹੁੰਦਾ ਹੈ ਤੇ ਜਦੋਂ ਤੱਕ ਖੁਦਾ ਦੇ ਪਾਕ ਰੂਹ ਦਾ ਜ਼ਹੂਰ ਨਹੀਂ ਹੋਏਗਾ ਤੇ ਨੇਮਤਾ ਸਾਡੇ ਅੰਦਰ ਜਿਹੜਾ ਹੈ ਉਹ ਕੰਮ ਨਹੀਂ ਕਰ ਸਕਦੀਆਂ ਕਿਉਂਕਿ ਕੰਮ ਉਹਨੇ ਹੀ ਕਰਨਾ ਆਗੇ ਤੇ ਜਦੋਂ ਉਹ ਅੰਦਰ ਆਉਂਦਾ ਹੈ ਤੇ ਫਿਰ ਉਹਦੀਆਂ ਨੇਮਤਾ ਕੰਮ ਕਰਨਾ ਸ਼ੁਰੂ ਕਰਦੀਆਂ ਨੇ ਔਰ ਬਗੈਰ ਪਾਕ ਰੂਹ ਦੇ ਜੇ ਅਸੀਂ ਕਹੀਏ ਕਿ ਅਸੀਂ ਇਹਨਾਂ ਨੇਮਤਾ ਨੂੰ ਜਿਹੜਾ ਇਹ ਇਹਨਾਂ ਨੂੰ ਇਸਤੇਮਾਲ ਕਰੀਏ ਤੇ ਕਈ ਵਾਰੀ ਭਾਈ ਜੀ ਗੱਲ ਹੋਈਏ ਤੇ ਕੁਝ ਲੋਕੀ ਕਹਿੰਦੇ ਨੇ ਲਓ ਜੀ ਇਹ ਵੀ ਪਾਕਰੂ ਦੀ ਨੇਮਤ ਈ ਹੈ ਕਿ ਅਸੀਂ ਜਿਹੜਾ ਟੀਚਰ ਹਾਂ ਤੇ ਅਸੀਂ ਇੰਨਾ ਪੜ੍ਹਾਣੇ ਆ ਅਸੀਂ ਜਿਹੜਾ ਸਾਰਾ ਕੁਝ ਕਰਨੇ ਆ ਲੇਕਿਨ ਮੈਂ ਆਪਣੇ ਤਜਰਬੇ ਤੋਂ ਇਹ ਸਮਝਨੀ ਆ ਕਿ ਟੀਚਰ ਹੋਣਾ ਸੈਕੂਲਰ ਐਜੂਕੇਸ਼ਨ ਚ ਟੀਚਰ ਹੋਣਾ ਫਰਕ ਈ ਹੈ ਤੇ ਬਾਈਬਲ ਦੀ ਟੀਚਿੰਗ ਦੇਣਾ ਫਰਕ ਗੱਲ ਕਿਉਂਕਿ ਇਹ ਜਿਹੜਾਈ ਉਸਤਾਦ ਸਾਡਾ ਪਾਕਰੂ ਏ ਤੇ ਜਦੋਂ ਪਾਕਰੂ ਤੋਂ ਅਸੀਂ ਸਿੱਖਨੇ ਆ ਫੇਰ ਕਿਸੇ ਨੂੰ ਟੀਚ ਕਰਨਿਆ ਆਪਣੇ ਤਜਰਬੇ ਤੋਂ ਵੀ ਤੇ ਫੇਰ ਗੱਲ ਫਰਕ ਹੁੰਦੀ ਹੈ ਲੇਕਿਨ ਜਦੋਂ ਸਿੱਧੂ ਦੁਨੀਆਵੀ ilm ਦੀ ਗੱਲ ਕਰਨਿਆ ਤੇ ਉਹ ਫਰਕ ਹੁੰਦੀ ਹੈ ਕਿਉਂਕਿ ਜੇ ਦੁਨੀਆਵੀ ilm ਦੇਣ ਵਾਲੇ ਦੇ ਕੋਲ ਪਾਕ ਰੂ ਦਾ ਜ਼ਹੂਰ ਨਹੀਂ ਹੈ ਤੇ ਉਹ ਕਿਵੇਂ ਪਾਕ ਰੂ ਦੀਆਂ ਨਿਯਮਤਾਂ ਤੇ ਗੱਲ ਕਰ ਸਕਦਾ ਹੈ ਇਸ ਲਈ ਕਲੀਅਰ ਗੱਲ ਤੇ ਸੱਚੀ ਤੇ ਬਾਰਹਕ ਗੱਲ ਕਰਨਾ ਚਾਹੀਦੀ ਹੈ ਕਿ ਉਹਦੇ ਵਿੱਚ ਕਿਸੇ ਨੂੰ ਗੁੱਸਾ ਲੱਗੇ ਜਾਂ ਨਾ ਲੱਗੇ ਇਸ ਲਈ ਕਿ ਜਿਹੜੀ ਖਲਾਮ ਦੀ ਗੱਲ ਹੈ ਮੈਂ ਅੱਜ ਤੁਹਾਡੇ ਨਾਲ ਉਹੀ ਗੱਲ ਕਰਾਂਗੀ ਆਪਣੇ ਤਾਂ ਜਗ ਦੇ ਤਾਂ ਕਿਸੇ ਦਾ ਤਰਫਦਾਰ ਨਹੀਂ ਹੈ ਇਸ ਲਈ ਜਦੋਂ ਇਹ ਨਹੀਂ ਸੀ ਤੇ ਸਮਝੋ ਉਦੋਂ ਵੀ ਕਾਫੀ ਗੱਲਾਂ ਦੀ ਸੀ ਲੇਕਿਨ ਜਦੋਂ ਪਾਕਰੂ ਦਾ ਜ਼ੂਰ ਹੋਇਆ ਤੇ ਆਪਣੀ ਜ਼ਿੰਦਗੀ ਚ ਜਾਣਿਆ ਕਿ ਕਿਸ ਤਰ੍ਹਾਂ ਜਿਹੜਾ ਇਹ ਵਾਕਈ ਹੈ ਤੇ ਫਾਇਦਾ ਪਹੁੰਚਾ ਰਿਹਾ ਮੈਨੂੰ ਜੋ ਕੁਝ ਮੈਂ ਪਹਿਲਾਂ ਨਹੀਂ ਸਾਂ ਕਰ ਸਕਦੀ ਹੁਣ ਇਹ ਮੈਨੂੰ ਕਰਨ ਦੀ ਜਿਹੜਾ ਕੁਦਰਤ ਦੇ ਰਿਹਾ ਇਸ ਲਈ ਕਿ ਜਦੋਂ ਇੱਕ ਵਕਤ ਆਇਆ ਮੇਰੇ ਤੇ ਅਟੈਕ ਹੋਇਆ ਤੇ ਡਾਕਟਰਾਂ ਇਹਨਾਂ ਨੇ ਦੁਨੀਆ ਦੇ ਡਾਕਟਰਾਂ ਨੇ ਉਹਨਾਂ ਡਾਕਟਰੀ ਕੀਤੀ ਸੀ ਅਗਰ ਅਗਰ ਡਾਕਟਰਾਂ ਦੇ ਅੰਦਰ ਖੁਦਾ ਦਾ ਰੂਹ ਕੰਮ ਕਰਦਾ ਏ ਤਾਂ ਫਿਰ ਕੀ ਜ਼ਰੂਰਤ ਹੈ ਖੁਦਾ ਦੇ ਰੂਹ ਨੂੰ ਮੰਗਣ ਦੀ ਹਾਂਜੀ ਫਿਰ ਤੇ ਉਹਨਾਂ ਦੇ ਅੰਦਰ ਕਰ ਰਿਹਾ ਲੇਕਿਨ ਇਸ ਦੁਨੀਆ ਦੇ ਡਾਕਟਰਾਂ ਨੇ ਮੈਨੂੰ ਕਿਹਾ ਕਿ ਤੂੰ ਪੈਰ ਨਹੀਂ ਆਪਣੀ ਮੰਜੀ ਤੋਂ ਲਾਣਾ 6 ਮਹੀਨੇ ਤੱਕ ਅੱਛਾ ਲੇਕਿਨ ਜਦੋਂ ਮੈਂ ਇਸ ਕਲਾਮ ਦੀ ਤਾਬਿਆਦਾਰੀ ਕੀਤੀ ਤੇ ਉਹਨਾਂ ਹੀ ਡਾਕਟਰਾਂ ਨੂੰ ਭਾਈ ਜੀ ਕਿਹਾ ਕਿ ਤੁਸੀਂ ਤੇ ਦੁਨੀਆ ਦੇ ਡਾਕਟਰੋ ਪਰ ਮੈਂ ਹੁਣ ਦੱਸੋ ਤੁਹਾਡੀ ਗੱਲ ਮੰਨਾ ਕਿ ਡਾਕਟਰਾਂ ਦੇ ਡਾਕਟਰ ਦੀ ਗੱਲ ਮੰਨਾ ਤੁਸੀਂ ਕਹਿੰਦੇ ਹੋ ਪੈਰ ਨਹੀਂ ਲਾਣਾ ਉਹ ਕਹਿੰਦਾ ਉੱਠ ਚੁੱਕ ਆਪਣੀ ਚਾਰ ਪਾਈ ਤੇ ਚੱਲ ਫੇਰ ਜਦੋਂ ਮੇਰੇ ਉਸਤਾਦ ਮੇਰੇ ਰੂਹਾਨੀ ਬਾਪ ਉਹਨਾਂ ਨੇ ਦੁਆ ਕੀਤੀ ਪਾਸਟਰ ਜੇ ਆਪਾਲ ਨੇ ਉਸ ਦਿਨ ਤੋਂ ਹੀ ਖੁਦਾ ਦੇ ਪਾਕ ਰੂ ਦਾ ਜ਼ਹੂਰ ਮੇਰੀ ਜ਼ਿੰਦਗੀ ਚ ਸਟਾਰਟ ਹੋ ਗਿਆ ਤੇ ਫਿਰ ਉਸ ਕਲਾਮ ਨੂੰ ਖੁਦਾ ਮੇਰੇ ਮੂੰਹ ਚ ਬਲਵਾਣਾ ਸ਼ੁਰੂ ਹੋ ਗਿਆ ਔਰ ਉਹ ਦਿਨ ਤੇ ਅੱਜ ਦਾ ਦਿਨ 94 ਦੀ ਮੈਂ ਗੱਲ ਕਰ ਰਹੀ ਆ ਉਹ ਦਿਨ ਤੇ ਅੱਜ ਦਾ ਦਿਨ ਜਿਹੜੇ ਡਾਕਟਰ ਕਹਿੰਦੇ ਸਨ ਤੂੰ ਪੈਰ ਨਹੀਂ ਰੱਖਣਾ ਉਸ ਦਿਨ ਤੋਂ ਅੱਜ ਦੇ ਦਿਨ ਤੱਕ ਮੈਂ ਡਬਲ ਈ ਡਿਊਟੀ ਕੀਤੀ ਹੈ ਹallelujah ਤੇ ਅੱਜ ਤੱਕ ਪੈਰ ਨਹੀਂ ਉਹਦੇ ਤੇ ਰੱਖਿਆ ਉਸ ਬੈੱਡ ਦੇ ਉੱਤੇ ਜਿੱਥੇ ਉਹ ਕਹਿੰਦੇ ਸਨ 6 ਮਹੀਨੇ ਤੱਕ ਤੂੰ ਥੱਲੇ ਨਹੀਂ ਲਾਣਾ ਸੋ ਨਾਜ਼ਰੀਨ ਬੜੀ ਮਜ਼ੇਦਾਰ ਗੱਲ ਹੋ ਰਹੀ ਹੈ ਔਰ ਐਸੀ ਸਿੱਖ ਰਹੇ ਆ ਰੋਲ ਕੋ ਸਤੇ ਭਾਵ ਨੂੰ ਰੋਲ ਕੋ ਸਿਨੇਮਤਾਂ ਨੂੰ ਉਹਦੀ ਕੁਦਰਤ ਨੂੰ ਕਿਧਰੇ ਨਾ ਜਾਇਆ ਜੇ ਮਿਲਨੇ ਆ ਛੁੱਟ ਜੇ ਬ੍ਰੇਕ ਤੇ ਨਾਜ਼ਰੀਨ ਵੈਲਕਮ ਬੈਕ ਜੀ ਆਇਆਂ ਨੂੰ ਬੜੀ ਬੜੀਆਂ ਜ਼ਬਰਦਸਤ ਗੱਲਾਂ ਹੋ ਰਹੀਆਂ ਨੇ ਰੂਹ ਦੇ ਬਹਾਵ ਨਾਲ ਤਜਰਬੇ ਨਾਲ ਔਰ ਉਹਦੀਆਂ ਨੇਮਤਾਂ ਦੇ ਬਾਰੇ ਸੋ ਮੈਂ ਬਗੈਰ ਤਾਖੀਰ ਕੀਤੇ ਹੋਏ ਪਹਿਣ ਰਹਿਣ ਕਾਂਗਾ ਉੱਥੋਂ ਹੀ ਸ਼ੁਰੂ ਕਰਨੇ ਆ ਜਿੱਥੋਂ ਅਸੀਂ ਗੱਲ ਖਤਮ ਕੀਤੀ ਸੀ ਜੀ ਭਾਈ ਜੀ ਜਿਸ ਤਰ੍ਹਾਂ ਗੱਲ ਹੋ ਰਹੀ ਸੀ ਕਿ ਰੂਹ ਦਾ ਜ਼ਹੂਰ ਜਿਹੜਾ ਹਰ ਸ਼ਖਸ ਨੂੰ ਫਾਇਦਾ ਪਹੁੰਚਾਣ ਲਈ ਹੈ ਤੇ ਜਿਸ ਤਰ੍ਹਾਂ ਉਹਨੇ ਮੈਨੂੰ ਫਾਇਦੇ ਪਹੁੰਚਾਏ ਨੇ ਤੁਹਾਨੂੰ ਫਾਇਦੇ ਪਹੁੰਚਾਏ ਨੇ ਤੇ ਅੱਜ ਖੁਦਾ ਦਾ ਕਲਾਮੀ ਇਹ ਕਹਿੰਦਾ ਤੇ ਸਾਡੀ ਵੀ ਮਰਜ਼ੀ ਇਹ ਇਹ ਵਿਸ਼ੇ ਇਹ ਕਿ ਸਾਡੇ ਸਾਰੇ ਭੈਣ ਭਰਾ ਜਿਹੜੇ ਨੇ ਔਰ ਪਾਕ ਰੂਨਾ पार ਜਾਣੇ ਪਾਕ ਰੂ ਦੇ ਜ਼ਹੂਰ ਉਹਨਾਂ ਦੇ ਅੰਦਰ ਨਮਾਇਆ ਨਜ਼ਰ ਆਉਣਾ ਸ਼ੁਰੂ ਹੋ ਜਾਏ ਤੇ ਜਦੋਂ ਉਹ ਨਮਾਇਆ ਆਉਣਾ ਸ਼ੁਰੂ ਹੋ ਜਾਏਗਾ ਨਜ਼ਰ ਆਏਗਾ ਉਹੋ ਹੀ ਫਿਰ ਫਾਇਦਾ ਪਹੁੰਚਾਉਂਦਾ ਹੈ ਕਿਉਂਕਿ ਉਹਦੇ ਫਾਇਦੇ ਦੇ ਨਾਲ ਫਿਰ ਹੀ ਕਮਾਦਾ ਕਲਾਮ ਮਿਲਣਾ ਸ਼ੁਰੂ ਹੋ ਜਾਂਦਾ ਜਿਹੜਾ ਕਲਾਮ ਦੀ ਅਸੀਂ ਤਫਸੀਰ ਨਹੀਂ ਕਰ ਸਕਦੇ ਫਿਰ ਉਹ ਹਕਮਤ ਦਾ ਰੂਹ ਆਉਂਦਾ ਹੈ ਉਹ ਸਾਨੂੰ ਉਹਦੀ ਤਫਸੀਰ ਕਰਨਾ ਦੱਸਦਾ ਹੈ ਉਹਦੇ ਰਾਜ਼ ਖੋਲਦਾ ਸਾਡੇ ਉੱਤੇ ਫਿਰ ਸਾਨੂੰ ਫਾਇਦਾ ਹੁੰਦਾ ਫਿਰ ਸਾਨੂੰ ਹੀ ਨਹੀਂ ਸਾਡੇ ਵਸੀਲਾ ਨਾਲ ਸਾਹਮਣੇ ਵਾਲਿਆਂ ਨੂੰ ਵੀ ਫਾਇਦਾ ਪਹੁੰਚਦਾ ਹੈ ਤੇ ਜਦੋਂ ਇਹੋ ਹੀ پاک ਰੂਹ ਦੀਆਂ ਨੇਮਤਾ ਫਿਰ ਅੱਗੇ ਵਾਦੀਆਂ ਨੇ ਫਿਰ ਕਿਸੇ ਨੂੰ ਕਹੁੰਦਾ ਇਹ ਇੱਕ ਹੀ ਰੂਹ ਹੈ ਇੱਕ ਖੁਦਾ ਦਾ ਇੱਕ ਹੀ ਰੂਹ ਹੈ ਪਰ ਇਹਦਾ ਜ਼ਾਹੂਰ ਸਾਡੀ ਜ਼ਿੰਦਗੀ ਦੇ ਵਿੱਚ ਫਿਰ ਫਰਕ-ਫਰਕ ਨੇਮਤਾ ਨੂੰ ਜੜਾ ਹੈ ਉਹ ਜਨਰੇਟ ਕਰਦਾ ਹੈ ਉਹ ਫਿਰ ਨਜ਼ਰ ਆਉਣੀਆਂ ਸ਼ੁਰੂ ਹੁੰਦੀਆਂ ਨੇ ਜਦੋਂ ਹਕਮਤ ਦਾ ਕਲਾਮ ਮਿਲਦਾ ਤੇ ਫਿਰ ਹਕਮਤ ਦੇ ਨਾਲ ਅਸੀਂ ਖੁਦਾ ਦੇ ਕਲਾਮ ਦੀ ਤਫਸੀਰ ਕਰਨਿਆ ਕਿ ਲੋਕ ਬਰਕਤ ਪਾਉਂਦੇ ਨੇ ਫਿਰ ਅਲਮੀਆਂ ਦਾ ਕਲਾਮ ਮਿਲਦਾ ਹੈ ਕਿ ਸਾਨੂੰ ਜਿਸ ਚੀਜ਼ ਦਾ ਇਲਮ ਹੀ ਨਹੀਂ ਹੈ ਖੁਦਾ ਦਾ پاک ਰੂਹ ਆ ਕੇ ਉਸ ਇਲਮ ਨੂੰ ਦੱਸਦਾ ਹੈ ਕਿ ਆ ਇਹਦੀ ਜ਼ਿੰਦਗੀ ਚ ਹੋਇਆ ਜਾਂ ਹੋਣ ਵਾਲਾ ਹੈ ਤੇ ਉਹ ਖੁਦਾ ਦਾ ਰੂਹ ਜਿਹੜਾ ਹੈ ਉਹ ਉਹ ਉਹਨੂੰ ਦੱਸਦਾ ਹੈ ਸਾਡੇ ਅੰਦਰ ਤੇ ਕਈ ਵਾਰੀ ਲੋਕ ਕਹਿੰਦੇ ਨੇ ਤੁਹਾਨੂੰ ਕਿਵੇਂ ਪਤਾ ਹੈ ਪਿਛਲੇ ਦਿਨਾਂ 'ਚ ਜਦੋਂ 18 ਮਈ ਨੂੰ ਸੈਮੀਨਾਰ ਹੋਇਆ ਤੇ ਸੈਮੀਨਾਰ ਦੀ ਇੱਕ ਸੈਸ਼ਨ ਮੇਰਾ ਸੀ ਤੇ ਖੁਦਾ ਦੇ ਪਾਕ ਰੂਦੀ ਹਦਾਇਤ ਦੇ ਨਾਲ ਜਦੋਂ ਕਲਾਮ ਸੁਨਾਇਆ ਗਿਆ ਤੇ ਇੱਕ ਭੈਣ ਬਾਦ ਜੋ ਮੈਨੂੰ ਕਹਿੰਦੀ ਹੈ ਸਿਸਟਰ ਜੀ ਮੈਂ ਪਿੱਛੇ ਬੈਠੀ ਸੀ ਆਜਾ ਤੇ ਮੈਂ ਕਿਹਾ ਸਿਸਟਰ ਮੇਰੇ ਘਰ ਦੀਆਂ ਗੱਲਾਂ ਕਿਵੇਂ ਜਾਣਦੀ ਹੈ ਕਿਵੇਂ ਜਾਣਦੀ ਇਹ ਖੁਦਾ ਦੇ ਪਾਕ ਰੂ ਦਾ ਕੀ ਹੈ ਹਾਂਜੀ ਇਹ ਉਹਦਾ ਜ਼ਹੂਰ ਹੈ ਇਹ ਉਹਦੀਆਂ ਨੇਮਤਾ ਨੇ ਕਿ ਜਦੋਂ ਖੁਦਾ ਆਪਣੇ ਹਕਮਤ ਦੇ ਕਲਾਮ ਦੇ ਨਾਲ ਆਪਣੇ ਅਲਮੀਅਤ ਦੇ ਕਲਾਮ ਦੇ ਨਾਲ ਤੁਹਾਡੇ ਮੂੰਹ ਚੋਂ ਕਲਾਮ ਨੂੰ ਕਲਵਾਉਂਦਾ ਏ ਤੇ ਲੋਕਾਂ ਦੀ ਜ਼ਿੰਦਗੀਆਂ ਦੀ ਉਹਨਾਂ ਦੀ ਗਵਾਹੀ ਹੁੰਦੀ ਏ ਉਹਨਾਂ ਦੀ ਜ਼ਿੰਦਗੀਆਂ ਚ ਹੋ ਰਿਆ ਹੁੰਦਾ ਤੇ ਖੁਦਾ ਫਿਰ ਉਹਨਾਂ ਦੇ ਰਿਆ ਚ ਉਹਨਾਂ ਨੂੰ ਕੱਢਦਾ ਏ ਇਹ ਖੁਦਾ ਦਾ ਪਾਕ ਰੂਹੀ ਕਰ ਸਕਦਾ ਹੈ ਬਗੈਰ ਖੁਦਾ ਦੇ ਪਾਕ ਰੂਹ ਦੇ ਕੁਝ ਵੀ ਨਹੀਂ ਹੋ ਸਕਦਾ ਇਹ ਉਹਦੀਆਂ ਨੇਮਤਾ ਜੇ ਜਿਸ ਤਰ੍ਹਾਂ ਦੋ ਨੇਮਤਾ ਤੇ ਅਸਾਂ ਗੱਲ ਕੀਤੀ ਏ ਕਿ ਖੁਦਾ ਦੇ ਰੂਹ ਦਾ ਜ਼ਹੂਰ ਫਾਇਦਾ ਫੁਲਚਾਂ ਦਾ ਸਾਨੂੰ ਵੀ ਤੇ ਸਾਹਮਣੇ ਆਲਿਆਂ ਨੂੰ ਕਿ ਉਹਨਾਂ ਦੀ ਵੀ ਰਾਜ਼ਾਂ ਨੂੰ ਖੋਲ ਕੇ ਤੇ ਉਹਨਾਂ ਨੂੰ ਉਹਨਾਂ ਅੰਧੇਰਿਆਂ ਵਿੱਚੋਂ ਕੱਢਦਾ ਏ ਪਹਿਲਾ ਅਸੀਂ ਗੱਲ ਕੀਤੀ ਹੈ ਹਕਮਤ ਕਲਾਮ ਦੇ ਉੱਤੇ ਕਿ ਖੁਦਾ ਦਾ ਰੂਹ ਇਹ ਨਿਮਤ ਦਿੰਦਾ ਹੈ ਫਿਰ ﺍﻟमिया ਦਾ ਕਲਾਮ ਦਿੰਦਾ ਏ ਕਿ ਕਿਆ ਕੁਸ਼ੀ ਦੀ ਜ਼ਿੰਦਗੀ ਚ ਪਿਛਲੇ ਹੋਇਆ ਸੀ ਜਾਂ ਅੱਗੇ ਕੀ ਹੋਣ ਵਾਲਾ ਕੁਸ਼ੀ ਦੀ ਜ਼ਿੰਦਗੀ ਨੂੰ ਖੋਲਦਾ ਉਹ ਬਹਾਂਦਾ ਕਿਉਂਕਿ ਖੁਦਾ ਦਾ ਰੂਹ ਗਹਿਰੇ ਚ ਵੇਖ ਲੈਂਦਾ ਹੈ। ਉਹਦੀ ਅੱਖ ਜਿਹੜੀ ਏ ਉਹ ਗਹਿਰੇ ਚ ਜਾਂਦੀ ਏ ਉਹ ਵੇਖ ਲੈਂਦੀ ਏ ਉਹਨੂੰ ਪਤਾ ਏ ਔਰ ਜਦੋਂ ਅਸੀਂ ਅੱਗੇ ਵਧਨੇ ਆਂ ਤੇ ਅਸੀਂ ਵੇਖਨੇ ਆਂ ਕਿ ਉਹਦੇ ਉਹਦੇ ਰੂਹ ਦੀ ਮਰਜ਼ੀ ਦੇ ਮੁਆਫਿਕ ਜਦੋਂ ਅਲਮੀਆਂ ਦਾ ਕਲਾਮ ਮਿਲਦਾ ਹੈ ਤੇ ਜ਼ਿੰਦਗੀਆਂ ਨਜਾਤ ਵੀ ਪਾਉਂਦੀਆਂ ਨੇ ਰਿਹਾਈ ਵੀ ਪਾਉਂਦੀਆਂ ਨੇ ਫਿਰ ਇਹ ਵੇਰ ਉਸੇ ਰੂਹ ਦੀ ਦੀ ਨੇਮਤ ਹੈ ਕਿ ਸਾਡਾ ਈਮਾਨ ਵਧਦਾ ਓਈ ਓਈ ਰੂਹ ਸਾਡੇ ਈਮਾਨ ਨੂੰ ਅਪਗ੍ਰੇਡ ਕਰਦਾ ਹੈ ਆਮੀਨ ਆਮੀਨ ਉਹ ਇਹੋ ਜੀਆਂ ਚੀਜ਼ਾਂ ਨੂੰ ਸਾਹਮਣੇ ਲਿਆ ਕੇ ਤੇ ਸਾਡੇ ਈਮਾਨ ਨੂੰ ਬੂਸਟ ਕਰਦਾ ਹੈ ਉੱਤੇ ਲਿਆਉਂਦਾ ਹੈ ਤੇ ਅਸੀਂ ਈਮਾਨ 'ਚ ਵਧਦੇ ਚਲੇ ਜਾਂਦੇ ਆਂ ਔਰ ਮੈਂ ਕਦੀ ਕਦੀ ਕਹਿੰਨੀ ਆਂ ਕਿ ਈਮਾਨ ਦੇ ਪਹਾੜ ਤੇ ਸਾਨੂੰ ਰਹਿਣਾ ਚਾਹੀਦਾ ਸਾਨੂੰ ਵਾਦੀ 'ਚ ਵੀ ਨਹੀਂ ਉਤਰਨਾ ਚਾਹੀਦਾ ਈਮਾਨ ਦੇ ਪਹਾੜ ਦੇ ਉੱਤੇ ਖੜੇ ਹੋ ਕੇ ਤੇ ਸਾਨੂੰ ਉੱਥੇ ਈਮਾਨਦਾਰ ਆਪਣੇ ਬਾਬ ਇਬਰਾਹਿਮ ਦੇ ਈਮਾਨ ਦਾ ਉਥੇ ਜਿਹੜਾ ਝੰਡਾ ਲਾਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਉਹ ਈਮਾਨਦਾਰਾਂ ਦਾ ਪਿਓ ਸਾਡਾ ਵੀ ਈਮਾਨ ਆ ਪਹਾੜਾਂ ਦੇ ਉੱਤੇ ਇਹ ਥੱਲੇ ਨਹੀਂ ਅਸੀਂ ਆਉਣਾ ਹallelujah ਸੋ ਅਸੀਂ ਤਿੰਨਾ ਪਾਕ ਰੂਹ ਦੀਆਂ ਨੇਮਤਾ ਤੇ ਗੱਲ ਕੀਤੀ ਹੈ ਕਿ ਅਸੀਂ ਕਿਉ ਹਕਮਤਾ ਕਲਾਮ ਵੀ ਦਿੰਦਾ ਹੈ ਅਲਮੀਅਤ ਦਾ ਕਲਾਮ ਵੀ ਦਿੰਦਾ ਹੈ ਸਾਡੇ ਈਮਾਨ ਨੂੰ ਵੀ ਵਧਾਉਂਦਾ ਹੈ ਤੇ ਫਿਰ ਉਹਦੇ ਬਾਅਦ ਉਹ ਇਹੋ ਹੀ ਰੂਹ ਜੜਾਏ ਇਹ ਸ਼ਫਾ ਦੇਣ ਦੀ ਵੀ ਤੌਫੀਕ ਦਿੰਦਾ ਹੈ ਔਰ ਕਦੀ ਕਦੀ ਖੁਦਾ ਦੇ ਪਾਕ ਰੂਹ ਦੀ ਜਿਹੜੀ ਸ਼ਿਫਾ ਦੇਣ ਦੀ ਨੇਮਤ ਹੈ ਨਾ ਅਸੀਂ ਉਹਨੂੰ ਜ਼ਿਆਦਾ ਫੋਕਸ ਕਰਨੀ ਹਾਂਜੀ ਹਾਂਜੀ ਉਹ ਬਹੁਤ ਸਾਰੇ ਜਿਹੜੇ ਨਾ ਕਿਉਂਕਿ ਇਹ ਜ਼ਾਹਰੀ ਖਿਦਮਤ ਹੈ ਨਾ ਜੀ ਪੋਸ਼ੀਦਾ ਨਹੀਂ ਔਰ ਬਹੁਤ ਸਾਰੇ ਕਹਿੰਦੇ ਨੇ ਸਾਨੂੰ ਇਹੋ ਹੀ ਨੇਮਤ ਚਾਹੀਦੀ ਏ ਇਹਦੇ ਨਾਲ ਜਿਹੜਾ ਜੀ ਜ਼ਿਆਦਾ ਹੋ ਜਾਂਦੇ ਨੇ ਫਿਰ ਪਲੱਸ ਦੂਜੇ ਵੇਖਣ ਲਈ ਕਹਿੰਦੇ ਨੇ ਕਿ ਇਹ ਸ਼ਖਸ ਬਾਰਕਤ ਹੈ ਮਗਰ ਸਾਰੀਆਂ ਨੇਮਤਾਂ ਆਪਣੇ ਅੰਦਰ ਇੱਕ ਜ਼ਾਇਕਾ ਇੱਕ ਟੇਸਟ ਰੱਖਦੀਆਂ ਟੇਸਟ ਰੱਖਦੀਆਂ ਲੇਕਿਨ ਇਹ ਵੀ ਗੱਲ ਜੇ ਕਿ ਜਿਹੜੀ ਸ਼ਿਫਾ ਹੈ ਜ਼ਿਆਦਾਤਰ ਜਦੋਂ ਇਹ ਨੇਮਤ ਕੰਮ ਕਰਦੀਏ ਤੇ ਅਸੀਂ ਬਦਨ ਦੀ ਸ਼ਿਫਾ ਤੇ ਫੋਕਸ ਕਰ ਲਈ ਨਹੀਂ ਹਾਂਜੀ ਹਾਂਜੀ ਔਰ ਜਦੋਂ ਅਸੀਂ ਬਦਨ ਦੀ ਸ਼ਿਫਾ ਤੇ ਫੋਕਸ ਕਰਨੇ ਆ ਤੇ ਅੱਜ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਖੁਦਾ ਦਾ ਪਾਕ ਰੂਹ ਸ਼ਿਫਾ ਦੇਣ ਦੀ ਨੇਮਤ ਇਸ ਲਈ ਦਿੰਦਾ ਹੈ ਕਿ ਉਹ ਸ਼ਿਫਾ ਜਦੋਂ ਨੂੰ ਮਿਲੇਗੀ ਜ਼ਾਹਿਰੀ ਮਿਲੇਗੀ ਤੇ ਜਿਹੜੇ ਬਾਕੀ ਗੈਰ ਲੋਕ ਨੇ ਉਸ ਕੁਦਰਤ ਨੂੰ ਵੇਖ ਕੇ ਮਸੀਹ ਕੋਲ ਚਲੇ ਆਉਣ ਅੱਛਾ ਜਿਹੜੇ ਸਿਰਫ بدن ਦੇ ਮਤਲਾਸ਼ੀ ਨੇ ਉਹ ਸ਼ਿਫਾ ਲੈ ਕੇ ਵਾਪਸ ਹੁੰਦੇ ਵੀ ਨੇ ਚਲੇ ਜਾਂਦੇ ਨੇ ਇਹ ਬਦਨੀ ਸ਼ਿਫਾ ਜਿਹੜੀ ਇਹ ਇਹ ਇਹਦੇ ਤੇ ਸਾਨੂੰ ਫੋਕਸ ਨਹੀਂ ਕਰਨਾ ਬਲਕਿ ਸਾਨੂੰ ਅੱਗੇ ਵਧਣਾ ਹੈ ਇਹਦੇ 'ਚ ਇਹਦੇ 'ਚ ਤਰੱਕੀ ਕਰਨੀ ਹੈ ਕਿ ਉਹਦੇ ਨਾਲ ਨਾਲ ਕੀ ਹੋਏ ਉਹਦੀ ਰੂਹ ਦੀ ਸ਼ਿਫਾ ਵੀ ਹੋ ਜਾਏ ਰੂਹ ਦੀ ਬਿਮਾਰੀ ਤੋਂ ਸ਼ਿਫਾ ਆ ਜਾਏ ਔਰ ਜਦੋਂ ਰੂਹ ਤੋਂ ਉਹ ਸ਼ਿਫਾ ਪਾਏਗਾ ਉਹਦੀ ਰੂਹ ਬਿਮਾਰ ਜੜੀ ਉਹ ਸ਼ਿਫਾ ਪਾ ਜਾਏਗੀ ਮੈਂ ਕਦੀ ਕਦੀ ਕਹਿੰਨੀ ਆ ਕਿ ਬਿਮਾਰ ਬਦਨ ਦੇ ਨਾਲ ਤੁਸੀਂ ਯਸੂ ਦੀ ਬਾਦਸ਼ਾਹਤੀ ਆ ਸਕਦੇ ਹੋ ਲੇਕਿਨ ਬਿਮਾਰ ਰੂਹ ਨਾਲ ਨਹੀਂ ਜਾ ਸਕਦੇ ਲੇ عزیزੋ ਅੱਜ ਭਾਈ ਜੀ ਇਸ ਚੀਜ਼ ਤੇ ਗੌਰ ਕਰਨਾ ਚਾਹੀਦਾ ਕਿ ਬਦਨ ਦੀ ਸ਼ਿਫਾ ਨੂੰ ਛੱਡ ਕੇ ਸਾਨੂੰ ਰੂਹ ਦੀ ਸ਼ਿਫਾ ਤੇ ਫੋਕਸ ਕਰਨ ਦੀ ਜ਼ਰੂਰਤ ਹੈ ਕਿਉਂਕਿ ਉਹਦਾ ਫਾਇਦਾ ਏ ਉਹ ਜਦੋਂ ਰੂਹ ਦੀ ਸ਼ਿਫਾ ਹੋ ਜੇਗੀ ਤੇ ਫਿਰ ਅਸਾਂ ਜਾਣਾ ਯਿਸੂ ਦੇ ਨਾਲ ਬਦਨ ਤੇ ਸ਼ਾਇਦ ਕੀ ਫਿਰ ਆ ਜਾਏਗਾ ਮਗਰ ਰੂਹ ਜਿਹੜੀ ਉੱਤੇ ਰੂਹ ਦੀ ਸ਼ਿਫਾ ਦੇ ਮਤਲਾਸ਼ੀ ਹੋ ਉਹਦੀ ਸ਼ਿਫਾ ਦੇ ਮਤਲਾਸ਼ੀ ਹੋਣਾ ਚਾਹੀਦਾ ਸੋ ਇਸ ਲਈ ਖੁਦਾ ਦਾ ਰੂਹ ਜਿਹੜਾ ਏ ਉਹ ਇਨਸਾਨ ਦੇ ਅੰਦਰ ਜ਼ਹੂਰ ਪੈਦਾ ਕਰਦਾ ਉਹ ਨਜ਼ਰ ਜਦੋਂ ਆਉਂਦਾ ਤੇ ਫਿਰ ਉਹ ਫਾਇਦਾ ਦਿੰਦਾ ਫਿਰ ਸਾਨੂੰ ਰੂਹ ਦੀ ਬਿਮਾਰੀ ਤੋਂ ਵੀ ਛੁਡਾਉਂਦਾ ਫਿਰ ਸਾਨੂੰ ਉਹ ਫਿਰ ਕੀ ਹੁੰਦਾ ਗਲਾਮ ਚ ਲਿਖਿਆ ਕਿ ਪਹਿਲੇ دو تم اس کی بات چاہی پھر یہ ساری چیزیں تم کو ملتی جائیں گی تے بدنی شفاہ تین آمچون جی مل جانی ہے کہ جدو رو دی شفاہ ہو گئی جدو یسو دے نال تسی جوڑ گئے اور سے حقیقی انگور دے درخت دے نال جوڑ گئے تے اور ڈالی تے خود ہی پھال لیاں دی جائے گی اور وہ جڑی رہے گی انہوں اس ਤਨੇ ਤੋਂ ਜੜਾ ਉਹਨੂੰ ਮਿਲਦੀ ਰਹੇਗੀ ਖੁਰਾਕ ਤੇ ਉਹ ਤਰੋਤਾਜ਼ਾ ਰਹੇਗੀ ਉਹ ਫੇ ਬਦਨ ਦੀ ਸ਼ਿਫਾ ਵੀ ਮੈਂ ਤੁਹਾਨੂੰ ਦੱਸਿਆ 2000 1994 ਤੋਂ ਲੱਗ ਕੇ 1994 ਤੋਂ ਲੱਗ ਕੇ ਅੱਜ ਤੱਕ ਹਾਂਜੀ ਖੁਦਾ ਦਾ ਸ਼ੁਕਰ ਹੈ ਮੇਰਾ ਮੈਟਰਲ ਵਾਲ ਪ੍ਰੋਲੈਪਸ ਹੋਇਆ ਸੀ ਉਸ ਦੌਰ ਚ ਤਾਂ ਡਾਕਟਰਾਂ ਨੇ ਕਿਹਾ ਸੀ ਹਾਂ 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 ਕਿ ਇਹਦੇ ਹਾਰਟ ਤੇ ਅਟੈਕ ਹੋਇਆ ਹੈ ਇਹ ਆਪਣਾ ਪੈਰ ਮਾਛੇ ਵਿੱਚ ਥੱਲੇ ਵੀ ਨਹੀਂ ਉਤਰ ਲੇਕਿਨ ਮੈਂ ਤੁਹਾਨੂੰ ਪਾਈ ਜੀ ਦੱਸਿਆ ਕਿ ਇਸ ਰੂਹ ਦੇ ਜ਼ਹੂਰ ਦੀ ਵਜਾ ਤੋਂ ਹੂੰ ਹੂੰ ਰੂਹ ਦੀ ਸ਼ਿਫਾ ਫੈਮਿਲੀ ਤੇ ਨਾਲ ਹੀ ਬਦਨ ਦੀ ਸ਼ਿਫਾ ਫੈਮਿਲੀ ਤੇ ਮੈਂ ਤੁਹਾਡੇ ਸਾਹਮਣੇ ਵਾਂ ਕਿ ਕਿੰਨੇ ਸਾਲ ਹੋ ਗਏ ਨੇ 30 32 ਸਾਲ ਹੋ ਗਏ 32 ਸਾਲ ਹੋ ਗਏ ਮੈਂ ਤੁਹਾਡੇ ਸਾਹਮਣੇ ਵਾਂ ਕਿ ਕਦੀ ਮੈਨੂੰ ਜੜਾਏ ਕੋਈ ਅਸੀ ਸ਼ਿਕਾਇਤ ਨਹੀਂ ਹੋਈ ਔਰ ਡਬਲ ਡਿਊਟੀ ਜੈ ਜੀਸਸ ਔਰ ਹਰ ਵਕਤ ਜਸਤ ਰਹਿਣਾ ਹਰ ਵਕਤ ਜਿਹੜਾ ਭਜਦੇ ਦੌੜਦੇ ਆ ਰਹਿਣਾ ਖੁਦਾ ਦਾ ਸ਼ੁਕਰ ਹੈ ਇਹ ਖੁਦਾ ਦੇ پاک ਰੂਹ ਦੀਆਂ ਨਿਮਰਤਾ ਦੀ ਨਿਮਰਤਾ ਦੀ ਗੱਲ ਏ ਕਿ ਕਿਸ ਤਰ੍ਹਾਂ ਈਮਾਨ ਚ ਤੁਸੀਂ ਵਧਣਾ ਕਿ ਮੈਂ ਸ਼ਿਫਾ ਪਾ ਲਈ ਏ ਇਹ ਕੋਈ ਗੱਲ ਸੀ ਕਿ ਜਦੋਂ ਖੁਦਾ ਨੇ ਮੈਨੂੰ ਸ਼ਿਫਾ ਦੇ ਦਿੱਤੀ پاک ਰੂਹ ਨੇ ਮੈਨੂੰ ਸ਼ਿਫਾ ਦੇ ਦਿੱਤੀ ਤਾਂ ਮੈਂ ਤੁਹਾਡੀ ਗੱਲ ਮੰਨ ਕੇ ਤੇ ਆਪਣੇ ਈਮਾਨ ਨੂੰ ਕਿਉਂ ਥੱਲੇ ਲਿਆਵਾਂ ਔਰ ਉਸ ਈਮਾਨ ਤੇ ਜਦੋਂ ਤੁਸੀਂ ਦੁਆ ਕਲਾਮ ਚ ਲਿਆ جو کچھ تم دعا میں ایمان سے مانگتے ہو یقین کرو کہ وہ تمہیں مل گیا ہے تو پھر مل جائے گا وہ پاک رو نے جڑائے او دے ظہور دی او دے ظہور دی گالے او نے منوے شفا دیتی ہے تو او دی شفاہن کوئی کھو نہیں ساکتا اے ہوئی حقیقت حقیقی گالے ہوئی ہے ਜੇ ਉਹ ਖੁਦਾ ਦਿੰਦਾ ਤੇ ਉਹ ਬਰਕਤਾਂ ਵਾਪਸ ਨਹੀਂ ਲਏਗਾ ਤੇ ਜੇ ਉਹ ਮੈਨੂੰ ਤੇ ਜੇ ਉਹ ਭਾਈ ਜੀ ਮੈਨੂੰ ਦੇ ਸਕਦਾ ਤੇ ਸੁਣਨ ਮਾਲਿਓ ਤੁਹਾਨੂੰ ਸਾਰੇ ਮੇਰੇ ਭੈਣ ਭਰਾਵਾਂ ਨੂੰ ਉਹ ਦੇ ਸਕਦਾ ਔਰ ਸਾਰੀ ਦੁਨੀਆ ਦਾ ਖਾਲਿਕ ਤੇ ਮਾਲਿਕ ਹੈ ਔਰ ਉਹਨੇ ਆਪਣਾ ਪਾਕ ਰੂ ਸਾਰਿਆਂ ਵਾਸਤੇ ਭੇਜਿਆ ਹੈ ਜਿਹੜਾ ਮੰਗੇਗਾ ਉਹਨੂੰ ਮਿਲੇਗਾ ਤੇ ਉਹਦੇ ਫਿਰ ਵਿੱਚ ਜੜਾਏ ਉਹਦੀ ਜ਼ਿੰਦਗੀ ਦੇ ਵਿੱਚ ਖੁਦਾ ਦੇ ਭਾਕਰੂ ਦੀਆਂ ਨੇਮਤਾ ਜਿਸ ਤਰ੍ਹਾਂ ਸਾਡੀ ਜ਼ਿੰਦਗੀ 'ਚ ਜਿਹੜਾ ਕੰਮ ਕਰ ਰਹੀਆਂ ਨੇ ਤੇ ਉਹ ਤੁਹਾਡੀ ਜ਼ਿੰਦਗੀ 'ਚ ਵੀ ਕੰਮ ਕਰਨਗੀਆਂ ਅਮੀਨ ਅਮੀਨ ਇਹ ਤੁਸੀਂ ایمان ਰੱਖੋ ਕਿ ਤੁਹਾਡੀ ਜ਼ਿੰਦਗੀ 'ਚ ਵੀ ਕੰਮ ਕਰਨਗੀਆਂ ਤੇ ਜਦੋਂ ਅਸੀਂ ਇਮਾਨ ਦੀ ਇਸ ਨਿਹਮਤ ਨੂੰ ਵੇਖਨੇ ਆ ਔਰ ਫਿਰ ਉਹਦੇ ਅੱਗੇ ਅਸੀਂ ਵੇਖਨੇ ਆ ਕਿ ਸ਼ਿਫਾ ਦੇਣ ਦੀ ਉਹ ਤੌਫੀਕ ਰੱਖਦਾ ਹੈ ਸ਼ਿਫਾ ਸਿਰਫ ਲੈਣ ਦੀ ਹੀ ਨਹੀਂ ਦੇਣ ਦੀ ਵੀ ਤੌਫੀਕ ਰੱਖਦਾ ਹੈ ਮਿਸਾਲ ਦੇ ਤੌਰ ਤੇ ਕਿ ਜਦੋਂ ਖੁਦਾ ਨੇ ਨਿਹਮਤ ਮੈਨੂੰ ਦਿੱਤੀ ਹੈ ਤੇ ਕੋਈ ਬਿਮਾਰ ਸ਼ਖਸ ਮੇਰੇ ਸਾਹਮਣੇ ਆ ਗਿਆ ਉਹ ਹੀ ਪਾਕ ਰੂ ਅੰਦਰੋਂ ਖੁਦ ਮਸੀਹ ਦੀ ਮੁਹੱਬਤ ਮੇਰੇ ਅੰਦਰ ਲਿਆ ਕੇ ਮੇਰੇ ਅੰਦਰ ਬੋਝ ਪਾਏਗਾ ਮੇਰੇ ਅੱਖਾਂ ਤੋਂ ਆਂਸੂ ਲਿਆਏਗਾ ਮੈਨੂੰ ਉਹਦਾ ਦੁੱਖ ਅੰਦਰ ਮਹਿਸੂਸ ਹੋਏਗਾ ਉਹਦੀ ਬੀਮਾਰੀ ਦਾ ਤੇ ਜਦੋਂ ਮੈਂ ਦੁਆ ਕਰਾਂ ਉਹਦੇ ਵਾਸਤੇ ਤੇ ਉਹ ਸ਼ਖਸ ਕਿਉਂ ਨਹੀਂ ਸ਼ਿਫਾ ਪਾਏਗਾ ਕਿਉਂਕਿ ਸ਼ਿਫਾ پاک ਰੂਹ ਨੇ ਦੇਣੀ ਹੈ ਆਮੇ ਆਮੇ ਜਿਹੜਾ ਅੰਦਰ ਆ ਕੇ ਸ਼ਿਫਾਇਤ ਕਰ ਰਿਹਾ ਉਹ ਹੀ ਉਹਨੂੰ ਛੂ ਕੇ ਉਹਨੂੰ ਸ਼ਿਫਾ ਦਿੰਦਾ ਇਹ ਹੀ ਸ਼ਿਫਾ ਇਹ ਹੀ ਸ਼ਿਫਾ ਇਹ ਖੁਈ پاک ਰੂਹ ਦੀ ਸ਼ਿਫਾ ਤੇ ਉਹ ਫਿਰ ਕਦੀ ਸ਼ਖਸ ਬਿਮਾਰ ਨਹੀਂ ਹੁੰਦਾ ਜਿਹਨੂੰ ਉਹ ਸ਼ਿਫਾ ਮਿਲ ਜਾਂਦੀ ਏ ਸੋ ਇਹ ਪਾਕ ਰੂਹ ਦੀ ਸ਼ਿਫਾ ਦੇਣ ਦੀ ਨਿਮਤ ਹੈ ਕਿੰਨੀਆਂ ਭਾਈ ਜੇ ਨਿਮਤਾਂ ਹੋ ਗਈਆਂ ਜੇ ਪੰਜ ਹੋ ਗਈਆਂ ਜੇ ਇਹ ਨਿਮਤਾਂ ਤੇ ਫਿਰ ਇਸੇ ਤਰ੍ਹਾਂ ਉਹ ਮੌਜਜ਼ਾ ਮੌਜਜ਼ਾਤ ਦੀ ਕੁਦਰਤ ਦਿੰਦਾ ਹੈ ਸ਼ਿਫਾ ਦੇਣ ਦੀ ਨਿਮਤ ਹੈ ਕਿ ਜੇ ਤੁਸੀਂ ਦੁਆ ਕਰਦੇ ਹੋ ਹੋ ਸਕਦਾ ਹੈ ਹੁਣ ਨਾ ਹੋਏ ਘਰ ਜਾਂਦਿਆਂ ਜਾਂਦੇ ਹੀ ਸ਼ਿਫਾ ਪਾ ਜੇ ਹੋ ਸਕਦਾ 2 ਦਿਨ ਦੇ ਬਾਅਦ ਉਸ ਸ਼ਖਸ ਸ਼ਿਫਾ ਪਾਏ ਹੋ ਸਕਦਾ ਮਹੀਨੇ ਬਾਅਦ ਸ਼ਿਫਾ ਪਾ ਲੇਕਿਨ ਮੌਜਜ਼ਾਤ ਦੀ ਕੁਦਰਤ ਥਨ ਐਂਡ ਥੇਰ ਉਸੇ ਵਕਤ ਜਿਹੜਾ پاک ਰੂ ਦਾ ਜ਼ਹੂਰ پاک ਰੂ ਦੀ ਕੁਦਰਤ ਕੰਮ ਕਰਦੀ ਏ ਔਰ ਕੋਈ ਮਰਦਾ ਸ਼ਖਸ ਵੀ ਜਿੰਦਾ ਹੋ ਉਸੇ ਵਕਤ ਹੋ ਜਿਹਨੂੰ ਖੁਦਾ ਦਾ ਮੌਜੂਜ਼ਾ ਕਹਿੰਦੇ ਨੇ ਔਰ ਇਹ پاک ਰੂ ਕਰਦਾ ਏ ਇਹ پاک ਰੂ ਦਾ ਜ਼ਹੂਰ ਕਰਦਾ ਏ ਕਿ ਉਸ ਮਰਦਾ ਸ਼ਖਸ ਨੂੰ ਵੀ ਫਾਇਦਾ ਦਿੰਦਾ ਏ ਔਰ ਦੁਆ ਕਰਨ ਵਾਲੇ ਦਾ ਵੀ ਫਾਇਦਾ ਹੁੰਦਾ ਹੈ ਤੇ ਫਿਰ ਜਦੋਂ ਦੁਨੀਆ ਉਸ ਉਹ ਸਮੂਜਦੇ ਨੂੰ ਵੰਦੀ ਏ ਤੇ ਯਸੂ ਦੇ ਪਿੱਛੇ ਭਜਣਾ ਸ਼ੁਰੂ ਕਰ ਦਿੰਦੀ ਏ ਖਾਦਮਾਂ ਦੇ ਪਿੱਛੇ ਨਹੀਂ ਬੰਦਿਆਂ ਦੇ ਪਿੱਛੇ ਨਹੀਂ ਯਸੂ ਦੇ ਪਿੱਛੇ ਕਿਉਂਕਿ ਅਸੀਂ ਪਾਕ ਰੂਹ ਦੀਆਂ ਨੇਮਤਾਂ ਦੀ ਗੱਲ ਕਰ ਰਹੇ ਹਾਂ ਪਾਕ ਰੂਹ ਦੇ ਪਿੱਛੇ ਭਜੰਦੀ ਜ਼ਰੂਰਤ ਹੈ ਯਸੂ ਦੇ ਪਿੱਛੇ ਭਜੰਦੀ ਜ਼ਰੂਰਤ ਹੈ ਖੁਦਾ ਦੇ ਪਿੱਛੇ ਭਜੰਦੀ ਜ਼ਰੂਰਤ ਹੈ ਕਿਸੇ ਇਨਸਾਨ ਦੇ ਪਿੱਛੇ ਭਜੰਦੀ ਜ਼ਰੂਰਤ ਨਹੀਂ ਹੈ ਸੋ ਖੁਦਾ ਦਾ ਪਾਕ ਰੂਹ ਜੜਾਏ ਉਹ ਫਾਇਦਾ ਪਹੁੰਚਾਉਣ ਵਾਸਤੇ ਵੇ ਔਰ ਅਗਰ ਸਾਡੇ ਸੁਣਨ ਵਾਲੇ ਫਾਇਦਾ ਜਾਣਦੇ ਨੇ ਆਪਣਾ ਵੀ ਖਾਨਦਾਨਾਂ ਦਾ ਵੀ ਤੇ ਦੂਜਿਆਂ ਦਾ ਵੀ ਤੇ پاک ਰੂਹ ਨੂੰ ਮੰਗੋ ਆਮੀਨ پاک ਰੂਹ ਦਾ ਬੋਝ ਰੱਖੋ پاک ਰੂਹ ਲਈ ਅੰਸੂ ਬਹਾਓ ਜਿੰਨਿਆਂ ਨੂੰ ਮਿਲ ਚੁੱਕਿਆ ਖੁਦਾ ਦਾਦਾਸੀ ਸ਼ੁਕਰ ਕਰਨੇ ਆ ਔਰ ਜਿਨਾਂ ਕੋਲ ਨਹੀਂ ਹੈ ਅੱਜ ਤੋਂ ਹੀ ਬਹਿ ਜਾਓ ਖੁਦਾ ਦੀ ਹਜ਼ੂਰੀ ਚ ਤੇ ਕਹੋ ਖੁਦਾਵੰਦ ਤੇਰੇ ਪਾਕ ਰੂਹ ਦੇ ਬਗੈਰ ਤੇ ਅਸੀਂ ਕੁਝ ਵੀ ਨਹੀਂ ਆ ਔਰ ਤੇਰੇ ਪਾਕ ਰੂਹ ਦੇ ਬਗੈਰ ਤੇ ਸਾਡੀ ਜ਼ਿੰਦਗੀ ਹੀ ਜ਼ੀਰੋ ਹੈ ਖੁਦਾਵੰਦ ਇਸ ਜ਼ੀਰੋ ਨੂੰ ਤੂੰ ਹੀ ਹੀਰਾ ਬਣਾ ਆਪਣੇ ਪਾਕ ਰੂਹ ਨੂੰ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰਕੇ ਸੋ ਆਪਣੇ ਦਿਲ ਦੇ ਦਰਵਾਜ਼ੇ ਨੂੰ ਪਾਕ ਰੂਹ ਲਈ ਖੋਲੋ ਤੇ ਪਾਕ ਰੂਹ ਆਏਗਾ ਤੇ ਉਹਦੀਆਂ ਨੇਮਤਾ ਤੁਹਾਡੀ ਜ਼ਿੰਦਗੀ ਚ ਜੜਾ ਉਹ ਹੋਣੀਆਂ ਸ਼ੁਰੂ ਹੋ ਜਾਂਦੀਆਂ ਔਰ ਫਿਰ ਜਦੋਂ ਮੌਜਜ਼ਾਤ ਦੀ ਕੁਦਰਤ ਹੁੰਦੀ ਏ ਤੇ ਖੁਦਾ ਦੇ ਨਾਂ ਨੂੰ ਜلال ਮਿਲਦਾ ਹੈ ਫਿਰ ਇਹ ਕੋਈ ਪਾਂਖਰੂ ਨਬੂਤ ਕਰਨ ਦੀ ਹਾਂਜੀ ਜਿਹੜਾ ਇਹ ਤੌਫੀਕ ਦਿੰਦਾ ਹੈ ਤੌਫੀਕ ਦਿੰਦਾ ਨਬੂਤ ਨਬੂਤੀ ਕਲਾਮ ਦਿੰਦਾ ਹੈ ਕਿ ਕਿਸੇ ਸ਼ਖਸ ਦੇ ਬਾਰੇ ਤੁਸੀਂ ਕਹੋ ਕਿ ਫਿਊਚਰ ਤੁਹਾਡਾ ਹੈ ਜੀ ਹੈ ਜੀ ਹਾਂਜੀ ਨਬੂਤ ਕਰਨੀ ਹਾਂ ਕਿ ਉਹਦੇ ਵਾਸਤੇ ਤੁਸੀਂ ਖੁਦਾ ਦਾ ਕਲਾਮ ਜਿਹੜਾ ਦਿੰਦੇ ਹੋ ਕਿ ਖੁਦਾ ਦਾ ਕਲਾਮ ਔਰ ਤੁਹਾਡੀ ਜ਼ਿੰਦਗੀ ਚ ਤੁਹਾਡੇ ਫਿਊਚਰ ਚ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਚ ਤੁਹਾਡੇ ਖਾਨਦਾਨ ਚ ਇਹ ਹੋਣ ਵਾਲਾ ਹੈ ਇਹ ਹੋਣ ਵਾਲਾ ਹੈ ਹਾਂਜੀ ਖੁਦਾ ਦਾਸਤਾ ਹੈ ਖੁਦਾ ਨਬੂਤ ਕਰਵਾਉਂਦਾ ਹੈ ਔਰ ਫਿਰ ਉਹ ਹੀ ਨਬੂਤੀ ਕਲਾਮ ਜਿਹੜਾ ਉਹਨਾਂ ਦੀ ਜ਼ਿੰਦਗੀ ਚ ਜਦੋਂ ਪੂਰਾ ਹੁੰਦਾ ਹੈ ਤੇ ਇਹਦਾ ਮਤਲਬ ਹੈ ਕਿ ਖੁਦਾ ਦੇ ਪਾਕ ਰੂ ਦੀ ਮਰਜ਼ੀ ਦੇ ਮੁਤਾਬਿਕ ਔਰ ਨਬੂਤਾਂ ਨਬੂਤਾਂ ਕਈ ਨਬੂਤਾਂ ਜੜੀਆਂ ਨੇ ਉਹ ਝੂਠੀਆਂ ਵੀ ਹੁੰਦੀਆਂ ਨੇ ਇਹਦੇ ਚ ਬਹੁਤ ਇਹ ਸੈਂਸਿਟਿਵ ਗੱਲਾਂ ਨੇ ਕਿਉਂਕਿ ਇਹਨਾਂ ਹੀ ਨੇਮਤਾਂ ਨੂੰ ਜਿਹੜਾ ਏ ਉਹ ਇਨਾਂ ਨੂੰ ਹੀ ਇਸਤੇਮਾਲ ਕਰਦਾ ਮੁਖਾਲਿਫ ਵੀ ਕਈ ਵਾਰੀ ਹਾਂਜੀ ਕਈ ਵਾਰੀ ਉਹਨਾਂ ਨੂੰ ਗੜਮਟ ਕਰ ਦਿੰਦਾ ਇਸ ਲਈ ਜਿਹੜੀ ਗੱਲ ਅਸਾਂ ਭਾਈ ਜੀ ਪਹਿਲੂ ਕੀਤੀ ਸੀ ਕਿ ਅਸੀਂ ਜਿਸ ਤੌਰ ਨਾਲ ਦੁਆ ਕਰਨੀ ਚਾਹੀਏ ਅਸੀਂ ਨਹੀਂ ਸਮਝਦੇ ਲੇਕਿਨ ਖੁਦਾ ਦਾ ਰੂਹ ਆ ਕੇ ਆਮ ਸੁਭਾਣ ਦਾਏ ਦੂਸਰੀ ਰੂਹ ਕਦੀ ਆਂਸੂ ਨਹੀਂ ਕਿਸੇ ਲਈ ਬਹਾਏਗੀ ਕਦੀ ਉਹ ਉਹਦੇ ਵਾਸਤੇ ਠਹਿਰੇਗੀ ਨਹੀਂ ਬਲਕਿ ਉਹ ਜਲਦੀ ਕਰੇਗੀ ਉਹ ਚਪਟਾ ਮਾਰੇਗੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਿੱਖਣ ਦੀ ਜ਼ਰੂਰਤ ਹੈ ਕਿ ਖੁਦਾ ਦਾ ਪਾਕ ਰੂਹ ਆ ਕੇ ਸਖਾਂ ਕਹਿੰਦਾ ਏ ਕਿ ਜੇ ਅਗਰ ਐਸ ਇੰਜ ਦੀ ਰੂਹ ਕੰਮ ਕਰੇਗੀ ਤੇ ਇਹਦਾ ਮਤਲਬ ਹੈ ਮੁਖਾਲਿਫ ਰੂਹ ਹੈ ਔਰ ਅਗਰ ਖੁਦਾ ਦਾ ਰੂਹ ਕੰਮ ਕਰ ਰਿਹਾ ਹੈ ਉਹ ਤੁਹਾਨੂੰ ਬੋਝ ਦੇਗਾ ਉਹ ਤੁਹਾਨੂੰ ਜਿਹੜਾ ਏ ਅੰਸੂ ਤੁਹਾਨੂੰ ਦੇਗਾ ਉਹ ਤੁਹਾਡੇ ਅੰਦਰ ਮੁਹੱਬਤ ਉਹਦੇ ਲਈ ਪੈਦਾ ਕਰੇਗਾ ਸੋ ਨਬੂਤ ਇਕਲਾਮ ਦੀ ਨੇਮਤ ਦਿੰਦਾ ਹੈ ਕਿ ਕਿਸੇ ਵਾਸਤੇ ਨਬੂਤ ਕਰਨਾ ਕਿ ਤੁਹਾਡੀ ਜ਼ਿੰਦਗੀ ਚ ਐ ਹੋਣ ਵਾਲਾ ਹੈ ਜਾਂ ਹੋਏਗਾ ਔਰ ਫਿਰ ਰੂਹਾਂ ਦਾ ਇਮਤਿਆਜ਼ ਇਹ ਨੇਮਤ ਹੀ ਉਹਦੀ ਖਾਸ ਕਿ ਜਦੋਂ ਅਸੀਂ ਗੈਦਰਿੰਗ ਚ ਜਾਨੇ ਆ ਜਾਂ ਕੋਈ ਸਾਡੇ ਸਾਹਮਣੇ ਆ ਜਾਂਦਾ ਹੈ ਤੇ ਜਦੋਂ ਉਹ ਹੋ ਸਕਦਾ ਹੈ ਉਹ ਬੜੀ ਲੰਮੀ ਲੰਮੀ ਦੁਆਵਾਂ ਕਰਨ ਹੋ ਸਕਦਾ ਹੈ ਕਿ ਉਹ ਗਰਜ਼ਵਾਨਾ ਬੋਲਣ ਲੇਕਿਨ ਖੁਦਾ ਦਾ ਰੂਹ ਜਨੇ ਸਾਨੂੰ ਇਹ ਨੇਮਤ ਦਿੱਤੀ ਹੈ ਕਿ ਰੂਹ ਦਾ ਇਮਤਿਆਜ਼ ਕਰਨ ਦੀ ਤੇ ਉਹ ਖੁਦਾ ਦਾ ਰੂਹ ਦੱਸਦਾ ਹੈ ਕਿ ਆ ਰੂਹ ਉਹ ਨਹੀਂ ਹੈ ਜੋ ਰਾਮਾ ਦਿੰਦਾ ਹੈ ਸੋ ਸਾਨੂੰ ਰੂਹਾਂ ਦੇ ਇਮਤਿਆਜ਼ ਦਾ ਵੀ ਨੇਮਤ ਮੰਗਣੀ ਚਾਹੀਦੀ ਹੈ ਆਮੀਨ ਆਮੀਨ ਜੀ ਨਾਜ਼ਰੀਨ ਆ ਸਾਡੇ ਪ੍ਰੋਗਰਾਮ ਦਾ ਵਕਤ ਇੱਥੇ ਖਤਮ ਹੁੰਦਾ ਪਰ ਅਸੀਂ ਇਹਨੂੰ ਕੰਟੀਨਿਊ ਕਰਾਂਗੇ ਅਗਲੇ ਪ੍ਰੋਗਰਾਮ ਤੇ ਜ਼ਰੂਰ ਅਸੀਂ ਇਹ ਗੱਲ ਕਰਾਂਗੇ ਔਰ ਅਸੀਂ ਰੂਲ ਕੁਸ ਤੇ ਬਹਾਅ ਨੂੰ ਕਸਰਤ ਨਾ ਵੇਖਾਂਗੇ ਸੋ ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ ਮੇਰਾ ਈਮਾਨ ਹੈ ਕਿ ਯਕੀਨਨ ਤੋਂ ਹਮ ਬਰਕਤ ਪਾਈ ਗੋਡ ਬlesਸ ਯੂ